ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਦੋਵਾਂ ਫੋਰਮਾਂ ਦੇ ਸੱਦੇ 'ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ। ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆਪਣਾ ਰੇਲ ਰੋਕੋ ਹੋਣਾ, ਪੂਰੇ ਪੰਜਾਬ 'ਚ ਰੇਲ ਰੋਕੋ ਹੋਣਾ। ਸੋ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਅੱਜ ਐਤਵਾਰ ਦਾ ਦੇਣਾ, ਹਰ ਤਬਕੇ ਨੂੰ, ਸਿਵਲ ਸੁਸਾਇਟੀ ਨੂੰ ਹਰ ਥਾਂ 'ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ, ਬਾਈ ਅਸੀਂ MSP ਦਾ ਗਰੰਟੀ ਦਾ ਕਾਨੂੰਨ ਬਣਾਉਣਾ, ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ, ਇਸ ਤਰੀਕੇ ਨਾਲ C250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ। ਕਈ ਵਾਰ ਗੱਲ ਨਹੀਂ ਸਮਝ ਆਉਂਦੀ, ਜਿਹੜਾ ਸਰਕਾਰ ਭਾਅ ਫਸਲ ਦਾ ਐਲਾਨਦੀ ਆ, ਅਸੀਂ ਕਹਿੰਦੇ ਵੀ ਉਦੋਂ ਹੇਠਾਂ ਸਾਡੀ ਫਸਲ ਵਿਕਣੀ ਨਹੀਂ ਚਾਹੀਦੀ, ਉਹਦੇ 'ਤੇ ਸਾਨੂੰ ਗਰੰਟੀ ਕਰ ਦਿਓ। ਅਗਲੀ ਗੱਲ, ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਅਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਬਾਈ ਲੈਣਾ, ਇਹਨਾਂ ਕੋਲ ਲੈ ਕੇ ਰਹਿਣਾ ਵਾ। ਔਰ ਜਿਵੇਂ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵਾ, ਠੀਕ ਹੈ ਜੀ, ਉਹਦੇ ਲਈ ਫਸਲੀ ਬੀਮਾ ਯੋਜਨਾ ਆਪਾਂ ਬਣਵਾਉਣੀ ਆ ਇਹਨਾਂ ਕੋਲ। ਇਹ ਸਾਰੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਬਾਈ, ਇਹ ਘੋਲ ਲੰਮਾ ਚੱਲਣਾ ਵਾ, ਇਹਦੀ ਤਿਆਰੀ ਕਰਨੀ ਚਾਹੀਦੀ ਆ। ਔਰ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ 'ਤੇ ਜਾਣੀ ਚਾਹੀਦੀ ਆ। ਇਸ ਕਰਕੇ ਅੱਜ ਦਾ ਰੇਲ ਰੋਕੋ ਜਿਹੜਾ ਵਾ ਪੂਰੇ ਪੰਜਾਬ 'ਚ ਆ। ਔਰ ਬਕਾਇਦਾ ਮੈਂ ਦੇਵੀਦਾਸਪੁਰਾ, ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ, ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇਹ ਕਸਬਾ ਵਾ, ਵੱਧ ਤੋਂ ਵੱਧ ਗਿਣਤੀ ਵਿੱਚ ਮਾਤਾਵਾਂ ਭੈਣਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦਿਖਣੇ ਚਾਹੀਦੇ ਸਾਨੂੰ। ਹਰ ਰੇਲ 'ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਆ। ਇਹ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸਰਕਾਰ ਦੀ ਨੀਂਦ ਹਰਾਮ ਕਰ ਦੂ। ਜਿਵੇਂ ਪਿਊਸ਼ ਗੋਇਲ ਜੀ, ਦੇਖੋ ਨਾ ਹੁਣ ਕਿਵੇਂ ਅੰਦਰੋਂ ਸੇਕ ਲੱਗ ਰਿਹਾ, ਬਾਈ ਅੰਦੋਲਨ ਵਾਪਸ ਲੈ ਲਓ ਬਾਈ, ਠੀਕ ਆ ਮੰਗਾਂ ਮੰਨ ਕੇ ਐਲਾਨ ਕਰ ਦਿਓ, ਅੰਦੋਲਨ ਕਰਨ ਦਾ ਅਣਖ ਦਾ ਸਵਾਲ ਨਹੀਂ ਹੈ। ਜਿੰਨਾ ਚਿਰ ਇਹਨਾਂ ਮੰਗਾਂ ਦਾ ਠੋਸ ਹੱਲ ਨਹੀਂ ਕੱਢਦੇ, ਅਸੀਂ ਅੰਦੋਲਨ ਭਾਵੇਂ ਕਿੰਨਾ ਲੰਮਾ ਚੱਲੇ ਸੰਘਰਸ਼ ਕਰਦੇ ਰਹਾਂਗੇ। ਧੰਨਵਾਦ। ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਦੋਵਾਂ ਫੋਰਮਾਂ ਦੇ ਸੱਦੇ 'ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ। ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆਪਣਾ ਰੇਲ ਰੋਕੋ ਹੋਣਾ, ਪੂਰੇ ਪੰਜਾਬ 'ਚ ਰੇਲ ਰੋਕੋ ਹੋਣਾ। ਸੋ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਅੱਜ ਐਤਵਾਰ ਦਾ ਦੇਣਾ, ਹਰ ਤਬਕੇ ਨੂੰ, ਸਿਵਲ ਸੁਸਾਇਟੀ ਨੂੰ ਹਰ ਥਾਂ 'ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ, ਬਾਈ ਅਸੀਂ MSP ਦਾ ਗਰੰਟੀ ਦਾ ਕਾਨੂੰਨ ਬਣਾਉਣਾ, ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ, ਇਸ ਤਰੀਕੇ ਨਾਲ C250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ। ਕਈ ਵਾਰ ਗੱਲ ਨਹੀਂ ਸਮਝ ਆਉਂਦੀ, ਜਿਹੜਾ ਸਰਕਾਰ ਭਾਅ ਫਸਲ ਦਾ ਐਲਾਨਦੀ ਆ, ਅਸੀਂ ਕਹਿੰਦੇ ਵੀ ਉਦੋਂ ਹੇਠਾਂ ਸਾਡੀ ਫਸਲ ਵਿਕਣੀ ਨਹੀਂ ਚਾਹੀਦੀ, ਉਹਦੇ 'ਤੇ ਸਾਨੂੰ ਗਰੰਟੀ ਕਰ ਦਿਓ। ਅਗਲੀ ਗੱਲ, ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਅਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਬਾਈ ਲੈਣਾ, ਇਹਨਾਂ ਕੋਲ ਲੈ ਕੇ ਰਹਿਣਾ ਵਾ। ਔਰ ਜਿਵੇਂ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵਾ, ਠੀਕ ਹੈ ਜੀ, ਉਹਦੇ ਲਈ ਫਸਲੀ ਬੀਮਾ ਯੋਜਨਾ
ਆਪਾਂ ਬਣਵਾਉਣੀ ਆ ਇਹਨਾਂ ਕੋਲੇ। ਇਹ ਸਾਰੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ। ਬਾਈ ਇਹ ਘੋਲ ਲੰਮਾ ਚੱਲਣਾ ਵਾ, ਇਹਦੀ ਤਿਆਰੀ ਕਰਨੀ ਚਾਹੀਦੀ ਆ, ਔਰ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ 'ਤੇ ਜਾਣੀ ਚਾਹੀਦੀ ਆ। ਇਸ ਕਰਕੇ ਅੱਜ ਦਾ ਰੇਲ ਰੋਕੋ ਜਿਹੜਾ ਵਾ ਪੂਰੇ ਪੰਜਾਬ 'ਚ ਆ, ਔਰ ਬਕਾਇਦਾ ਮੈਂ ਦੇਵੀਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ, ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇਹ ਕਸਬਾ ਵਾ, ਵੱਧ ਤੋਂ ਵੱਧ ਗਿਣਤੀ ਵਿੱਚ ਮਾਤਾਵਾਂ ਭੈਣਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦਿਖਣੇ ਚਾਹੀਦੇ ਸਾਨੂੰ। ਹਰ ਰੇਲ 'ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਆ। ਇਹ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸਰਕਾਰ ਦੀ ਨੀਂਦ ਹਰਾਮ ਕਰ ਦੂ। ਜਿਵੇਂ ਪਿਊਸ਼ ਗੋਇਲ ਜੀ ਦੇਖੋ ਨਾ ਹੁਣ ਕਿਵੇਂ ਅੰਦਰੋਂ ਸੇਕ ਲੱਗ ਰਿਹਾ, ਬਾਈ ਅੰਦੋਲਨ ਵਾਪਸ ਲੈ ਲਓ, ਬਾਈ ਠੀਕ ਆ ਮੰਗਾਂ ਮੰਨ ਕੇ ਐਲਾਨ ਕਰ ਦਿਓ, ਅੰਦੋਲਨ ਕਰਨ ਦਾ ਅਣਖ ਦਾ ਸਵਾਲ ਨਹੀਂ ਹੈ। ਜਿੰਨਾ ਚਿਰ ਇਹਨਾਂ ਮੰਗਾਂ ਦਾ ਠੋਸ ਹੱਲ ਨਹੀਂ ਕੱਢਦੇ, ਅਸੀਂ ਅੰਦੋਲਨ ਭਾਵੇਂ ਕਿੰਨਾ ਲੰਮਾ ਚੱਲੇ ਸੰਘਰਸ਼ ਕਰਦੇ ਰਹਾਂਗੇ। ਧੰਨਵਾਦ।